राजेश्वरी धाम देवी राजरानी वैष्णो मंदिर बस्ती शेख रोड जालंधर में दुर्गा अष्टमी के उपलक्ष में मां की चौकी करवाई गई, जिसमें देवी राजरानी ने मंदिर में आए सभी भक्तों को आशीर्वाद दिया। इस अवसर पर मंदिर प्रबंधक कमेटी के प्रधान कैलाश बब्बर ने आए भक्तों को मां की चुनरी प्रसाद देकर सम्मानित किया। मंदिर हाजिरी लगवाने आए प्रदीप पुजारी एंड पार्टी पंकज ठाकुर एंड पार्टी को मंदिर की तरफ से मां की चुनरी देकर विशेष रूप से सम्मानित किया गया, तो वहीं सदस्यों की ओर से दैनिक सवेरा की टीम का आभार प्रकट किया गया। इस अवसर पर प्रधान कैलाश बब्बर, रामकिशन नानू, विजय दुआ, सुरेंद्र अरोड़ा, युद्धराज सिंह, पवन नागपाल, ज्योति बब्बर, सतीश बब्बर, साधुराम कालिया, पंकज ठाकुर, कृष्ण अरोड़ा, अमन बत्रा, अविनाश चोपड़ा, डिंपल और साहिल भी मौजूद रहे। जालंधर से हलचल के लिए कैमरामैन रजनीश की रिपोर्ट। ਅੱਜ ਜਾਗਰਣ ਹੈ ਭਗਵਤੀ ਮਾਤਾ, ਤੁਸੀਂ ਪਹੁੰਚਣਾ,
ਤੁਹਾਨੂੰ ਜਲਦੀ ਮਾਂ ਦੇ ਦਰਬਾਰ ਤੇ ਫਿਰ ਬੁਲਾਵਾਂਗੇ। ਉਹਨਾਂ ਦੇ ਬੇਟੇ ਅਭਿਸ਼ੇਕ ਵੀਰ ਜੀ ਉਹ ਪਹੁੰਚੇ ਸੀ, ਸਾਨੂੰ ਇਹੀ ਲੱਗਾ ਕਿ ਸਾਡੇ ਵੀਰ ਸ਼ੀਤਲ ਵੀਰ ਜੀ ਆ ਗਏ ਨੇ, ਤਾਂ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਹਰ ਮਹੀਨੇ ਭਗਵਤੀ ਮਾਂ ਦੇ ਦਰਬਾਰ ਤੇ ਅਸ਼ਟਮੀ ਹੋਵੇ, ਦੁਰਗਾ ਅਸ਼ਟਮੀ ਜਿੱਦਾਂ ਅੱਜ ਦੁਰਗਾ ਅਸ਼ਟਮੀ ਆ, ਗੋਪਾ ਅਸ਼ਟਮੀ ਹੋਏ, ਤਾਂ ਮਾਂ ਦੇ ਦਰਬਾਰ ਤੇ ਬਹੁਤ ਅੱਛੇ ਕਲਾਕਾਰ ਜਿਹੜੇ ਨੇ ਭਗਵਤੀ ਮਾਂ ਦੇ ਦਰਬਾਰ ਤੇ ਹਾਜ਼ਰੀ ਲਗਾਉਂਦੇ ਨੇ, ਜਿਸ ਤਰ੍ਹਾਂ ਮੇਰੇ ਵੀਰ ਪ੍ਰਦੀਪ ਪੁਜਾਰੀ ਵੀ ਕਾਫੀ ਦੇਰ ਬਾਅਦ ਇਹਨਾਂ ਨੂੰ ਮੌਕਾ ਮਿਲਿਆ, ਤਾਂ ਮਾਂ ਦੇ ਦਰਬਾਰ ਚ ਸਾਰੇ ਹਾਜ਼ਰੀ ਲਗਾਉਂਦੇ ਨੇ। ਤਾਂ ਮੈਂ ਬੇਨਤੀ ਇਹ ਕਰਾਂ ਸਾਰਿਆਂ ਨੂੰ ਕਿ ਭਗਵਤੀ ਮਾਂ ਜੋ ਸਾਡੀ ਮਾਂ ਮਾਂ ਦੇਵੀ ਰਾਜਰਾਣੀ ਹੈ, ਇਹਨਾਂ ਦੇ ਵੀ ਸਵਾਸ ਵਾਸਤੇ ਭਗਵਤੀ ਮਾਂ ਕੇ ਸਾਰੇ ਅਰਦਾਸ ਕਰਨਾ ਕਿ ਜਲਦੀ ਜਲਦੀ ਇਹ ਵੀ ਗਾਣ ਭਗਤਾਂ ਨੂੰ ਭੇਟਾਂ ਸੁਣਾਉਣ, ਜਿਸ ਤਰ੍ਹਾਂ ਸਾਰਿਆਂ ਨੂੰ ਭੇਟਾਂ ਗਾ ਕੇ ਮੈਂ ਹੱਥ ਕਰਦੇ ਸੀ, ਇਸੇ ਤਰ੍ਹਾਂ ਸਾਰੀ ਸੰਗਤ ਬਹੁਤ ਉਤਾਵਲੀ ਹੈ, ਬੜੀ ਉਦਾਸ ਹੈ। ਤਾਂ ਮਾਂ ਜੀ ਆਪਣੇ ਭਜਨਾਂ ਰਾਹੀਂ ਹੀ ਸਾਰੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਸੀ, ਹੁਣ ਵੀ ਦਿੰਦੇ ਹੈ। ਇਸ ਦਰਬਾਰ ਹੀ ਐਸਾ ਹੈ ਕਿ ਕੋਈ ਵੀ ਭਗਤ ਸੱਚੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਦਰਬਾਰ ਤੇ ਆ ਕੇ ਸੀਸ ਝੁਕਾਉਂਦਾ ਉਹਦੀ ਆਸ ਪ੍ਰਾਪਤ ਹੁੰਦੀ ਹੁੰਦੀ। ਇਹ ਉਹ ਦਰਬਾਰ ਹੈ, ਪ੍ਰਾਚੀਨ ਦਰਬਾਰ ਹੈ। ਮੈਂ ਪਹਿਲਾਂ ਵੀ ਦੱਸਿਆ 55 ਸਾਲ ਹੋ ਗਏ ਨੇ ਸ਼ਿਲਾਨਿਆਸ ਮੰਦਰ ਦੇ, ਤੇ ਤੁਸੀਂ ਆਪਣੇ ਹਿਸਾਬ ਲਾ ਲਓ ਕਿੰਨੀ ਕਿੰਨੀ ਤੁਹਾਡੀ ਉਮਰ ਹੈ। ਵਿੱਚ ਸਾਹਿਬ ਸ਼ੀਤਲ ਵਿੱਚ ਸਾਡੇ ਵੱਡੇ ਭਾਈ ਸਾਹਿਬ ਉਹ ਬਹੁਤ ਦਰਬਾਰ ਦਾ